ਅਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੇ ਗੇਟ ਓਪਨ ਕਰਤਾ। ਇਹ ਵਾਲਾ ਗੇਟ ਅੰਦਰੋਂ ਹੀ ਓਪਨ ਹੁੰਦਾ, ਉਹੀ ਖੋਲ ਨਾਲ ਹੀ ਮਿਸਟਰ ਜੋਗਾ ਸਿੰਘ ਜੀ ਬੈਲਟ ਲੈ ਕੇ ਆ ਗਏ, ਬੈਲਟ ਨੂੰ ਕੀਤਾ ਲੈ ਬੈਗ ਉਹਨਾਂ ਨੇ ਸਾਹਮਣੇ ਉਹ ਜਿਹੜੀ ਕਾਰਡ ਰੂੜੀ ਲਈ ਜਾਂਦਾ ਉਹ 'ਤੇ ਰੱਖ ਲਏ। ਸੋ ਅੱਗੇ ਜਾ ਕੇ ਲਾ ਦੇਣੀ ਉਹਨਾਂ ਨੇ ਆਪਦੇ ਆਪਦੇ ਪਛਾਣ ਕੇ ਬੈਗ ਚੱਕ ਲੈਣਾ, ਜਿਹਦੇ ਵਿੱਚ ਖਾਣ ਪੀਣ ਵਾਲਾ ਸਮਾਨ ਸੈਟਅਪ ਕਰਨਾ। ਆਹ ਹੈਗਾ GPU, ਤੁਸੀਂ ਪਹਿਲਾਂ ਵਾਲੀਆਂ ਵੀਡੀਓ ਦੇ ਵਿੱਚ ਦੇਖਿਆ ਡਾਊਨ ਵੀ ਦੱਸਿਆ ਭਾਈ ਇਹ 'ਚ ਇੰਨਾ ਤੇਲ ਪਾਇਆ। ਸੋ ਉਹ ਆਪਦੀ ਫਿਰ ਵੇਟ ਐਂਡ ਬੈਲੈਂਸ ਦੀ ਸੈਟਿੰਗ ਸਾਰੀ ਉਸ ਹਿਸਾਬ ਨਾਲ ਕਰ ਲੂ। ਆ ਗਿਆ ਪਰ ਪਾਇਲਟ ਜਿੱਧਰ ਬਹਿੰਦੇ ਆ ਚਲਾਉਣ ਵਾਲੇ, ਦੇਖੋ ਕਿੰਨੀਆਂ ਗੇਜਾਂ ਗੱਪੇ ਸੁੱਚਾਂ ਸੱਟੇ ਆ, ਨਹੀਂ ਹਾਦਸਾ ਵੀ ਹੋ ਸਕਦਾ ਕੋਈ ਨਾ ਕੋਈ, ਹੋਏ ਵੀ ਅੱਗੇ ਬਹੁਤ ਵਾਰ ਵਾਲਿਆਂ ਦੀ ਛੱਡ ਕੇ ਆਉਣੇ ਚੜਾਉਣੇ ਲਾਉਣੇ। ਸੋ ਉਨਾ ਟਾਈਮ ਆਪਾਂ ਕ੍ਰੋਸ ਦਾ ਸਾਈਨ ਦੇ ਹੀ ਰੱਖਣਾ ਜਿੰਨਾ ਟਾਈਮ ਉਹ GPU ਬਾਲ ਬੂਲ ਕੀਤੇ ਸੈੱਟ ਓਕੇ ਆ ਕੰਮ, ਸਕਿਓਰਿਟੀ ਚੈੱਕ ਕਰਨ ਤੋਂ ਬਾਅਦ ਆਉਣੇ ਹੁੰਦੇ ਆ। ਗਰਮਾ ਝੱਗਾ ਦੇ ਇਹਦਾ, ਕਹਿੰਦੀ ਲਓ ਜੀ ਚੱਕ ਕੱਢੀ, ਹੈਂਡ ਬ੍ਰੇਕ ਸਿੱਟੀ, ਸੈਲਫ ਮਾਰੀ, ਸਟਾਰਟ ਹੀ ਨਹੀਂ ਹੋਇਆ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਵੈਲਕਮ ਟੂ ਮਾਈ ਨਿਊ ਵਲੌਗ। ਸੋ ਅੱਜ ਦੇ ਵਲੌਗ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਵੀ ਸਾਡੇ ਕੰਪਨੀ ਸਭ ਤੋਂ ਛੋਟਾ ਜਹਾਜ਼ ਜਿਹਨੂੰ ਆਪਾਂ ਸਰਵਿਸ ਪ੍ਰੋਵਾਈਡ ਕਰਦੇ ਹਾਂ। ਸੋ ਤਕਰੀਬਨ ਇਹ 'ਚ 30 ਤੋਂ 40 ਬੰਦੇ ਬਹਿੰਦੇ ਆ। ਜੇ ਛੋਟੇ ਛੋਟੇ ਟਾਊਨ ਬਹੁਤ ਆ ਇੱਥੇ ਕੈਨੇਡਾ ਦੇ ਵਿੱਚ, ਹੁਣ ਜਿੱਧਰ ਨੂੰ ਘੱਟ ਪੈਸੰਜਰ ਹੁੰਦੇ ਆ ਉੱਧਰ ਨੂੰ ਇਹ ਛੋਟੇ ਜਹਾਜ਼ ਲੱਗੇ ਹੁੰਦੇ ਆ। ਹੁਣ ਅੱਜ ਵਾਲਾ ਪਲੇਨ ਇਹ ਕ੍ਰੈਨਬਰੁਕ ਤੋਂ ਆ ਰਿਹਾ, ਸੋ ਰਵਾਨਾ ਇਹਨੂੰ ਕਰਨਾ ਆਪਾਂ ਵਾਪਸ ਕੈਮਲੂਪ ਵੱਲ। ਸੋ ਇਹ ਤੋਂ ਇਲਾਵਾ ਤੁਹਾਨੂੰ ਬਾਅਦ ਵਿੱਚ ਵੀ ਦਿਖਾਵਾਂਗੇ ਵੀ ਬ੍ਰੇਕ ਟਾਈਮ ਆਪਾਂ ਕੀ ਕਰਦੇ ਹਾਂ ਜੋ ਵਿਹਲੇ ਹੁੰਦੇ ਹਾਂ। ਸੋ ਜੁੜੇ ਰਹੋ ਵਲੌਗ ਦੇ ਐਂਡ ਤੱਕ। ਕਰੂ ਚੀਫ ਨੇ ਆਪਾਂ ਨੂੰ ਪਿੱਕ ਕਰ ਲਿਆ ਸੀਗਾ। ਉਹ ਆਪਾਂ ਪਹੁੰਚ ਗਏ ਆਪਣੇ ਗੇਟ 'ਤੇ, ਇੱਥੇ ਆ ਕੇ ਗੇਟ ਸੈਟਅਪ ਕਰਨ ਲੱਗ ਗਏ, ਸਾਰਾ ਚਾਕਾਂ ਵਗੈਰਾ ਰੱਖੀ ਆ ਪਹਿਲਾਂ ਤਿਆਰੀ ਕੀਤੀ। ਪਹਿਲਾਂ ਚਾੜੇ ਹੱਥਾਂ ਦੇ ਦਸਤਾਨੇ, ਫਿਰ ਇਦੋਂ ਬਾਅਦ ਉਹ ਸਾਹਿਬ ਕਹਿੰਦਾ ਵੀ ਲਓ ਜੀ ਕਰ ਦਿਓ ਗੇਟ ਸੈਟਅਪ। ਸੋ ਚਾਕਾਂ ਰੱਖ ਦੇਣੀ ਆਪਾਂ ਜਿੱਥੇ ਆ ਕੇ ਪਲੇਨ ਖੜੂਗਾ। ਗੇਟ ਸੈਟਅਪ ਹੋ ਗਿਆ, ਚਾਕਾਂ ਰੱਖ ਤੀਆਂ, ਕੋਨਾ ਵੀ ਰੱਖ ਲਈਆਂ ਨੇੜੇ। ਹੁਣ ਵਾਰੀ ਆ ਪਲੇਨ ਟੋਕ ਦੀ। ਇਹ ਦੱਸ ਰਿਹਾ ਵੀ ਆਹ ਜਹਾਜ਼ ਆ, ਇੰਨੇ ਬੈਗ ਆ, ਇੰਨੀਆਂ ਸਵਾਰੀਆਂ, ਸਾਰਾ ਕੁਛ ਡਿਟੇਲ ਦੇ ਰਿਹਾ ਆਪਾਂ ਨੂੰ ਅਤੇ ਦੱਸ ਰਿਹਾ ਵੀ ਕਿਹੜੇ ਬੰਦੇ ਨੇ ਕੀ ਕਰਨਾ, ਕਿਹੜੇ ਨੇ ਕੀ ਕਰਨਾ। ਸੋ ਉਹ ਆ ਗਿਆ ਸਾਹਮਣੇ ਆਪਣਾ ਜਹਾਜ਼। ਪਹਿਲਾਂ ਲਾਈਆਂ ਮੂਲ ਟਾਇਰ ਨੂੰ ਚੱਕਾਂ, ਅਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਨੇ ਗੇਟ ਓਪਨ ਕਰਤਾ। ਇਹ ਵਾਲਾ ਗੇਟ ਅੰਦਰੋਂ ਹੀ ਓਪਨ ਹੁੰਦਾ, ਉਹੀ ਖੋਲਦੇ ਹੁੰਦੇ ਆ। ਉਸ ਤੋਂ ਬਾਅਦ ਨਾਲ ਆਪਾਂ ਲਾਈਆਂ ਮਗਰਲੇ ਟਾਇਰ ਨੂੰ ਚੱਕਾਂ,
ਉਦੋਂ ਬਾਅਦ ਰੱਖੀਆਂ ਕੋਨਾ ਸੋ ਕਰੂ ਚੀਫ ਆ ਉਹ ਗੇੜਾ ਕੱਢ ਰਿਹਾ ਸਾਰੇ ਜਹਾਜ਼ ਦਾ ਦੇਖ ਰਿਹਾ ਵੀ ਆਸੇ ਪਾਸੇ ਕੋਈ ਡੈਮੇਜ ਵਗੈਰਾ ਕੋਈ ਟੁੱਟ ਭੱਜ ਤਾਂ ਨਹੀਂ ਹੋਈ ਕੋਨਾ ਰੱਖਣ ਤੋਂ ਬਾਅਦ ਆਪਾਂ ਉਹਨਾਂ ਨੂੰ ਦੇਤਾ ਸਿਗਨਲ ਵੀ ਬਾਈ ਓਕੇ ਆ ਕਰ ਦਿਓ ਤੁਸੀਂ ਸ਼ੁਰੂ ਪੰਜਰ ਲੱਗ ਗਿਆ ਹੁਣ ਨਾਲ ਹੀ ਮਿਸਟਰ ਜੋਗਾ ਸਿੰਘ ਜੀ ਬੈਲਟ ਲੈ ਕੇ ਆ ਗਏ ਬੈਲਟ ਨੂੰ ਕੀਤਾ ਮਾਰਸ਼ਲ ਲਾਈਆਂ ਬੈਲਟ ਦੇ ਚਾਕਾਂ ਕੀਤੀ ਸਿਕਿਓਰ ਰੇਲਿੰਗ ਕੀਤੀ ਅੱਪ ਲੈ ਬਾਈ ਚੌਥਾ ਗੇਅਰ ਅਤੇ ਫੁੱਲ ਰੇਸ ਜਾਣ ਦੋ ਹੁਣ ਬੈਗ ਸਾਰੇ ਬਾਹਰ ਜਿਹੜੇ ਬੈਗ ਸਾਹਮਣੇ ਪਏ ਹੁੰਦੇ ਆ ਨਾ ਇਹ ਨਾਲ ਦੀ ਨਾਲ ਉੱਤਰਦੇ ਸਾਰੇ ਉਹਨਾਂ ਨੂੰ ਆਪਾਂ ਫੜਾਉਣੇ ਹੁੰਦੇ ਆ ਇਹ ਸਾਹਮਣੇ ਵਾਲੇ ਬੈਗ ਉਹਨਾਂ ਨੇ ਸਾਹਮਣੇ ਉਹ ਜਿਹੜੀ ਕਾਰਡ ਰੂੜੀ ਲਈ ਜਾਂਦਾ ਉਹ 'ਤੇ ਰੱਖ ਲਏ ਸੋ ਅੱਗੇ ਜਾ ਕੇ ਲਾ ਦੇਣੀ ਉਹਨਾਂ ਨੇ ਆਪਦੇ ਆਪਦੇ ਪਛਾਣ ਕੇ ਬੈਗ ਚੱਕ ਲੈਣਾ ਅਤੇ ਨਾਲ ਦੀ ਨਾਲ ਆ ਬੈਗ ਰੂਮ ਵਾਲਾ ਆ ਗਿਆ ਜਿਹੜੇ ਵੱਡੇ ਬੈਗ ਹੁੰਦੇ ਆ ਇਹ ਇਹਦੇ 'ਤੇ ਜਾਣਗੇ ਇਹਨੇ ਲੈ ਜਾਣੇ ਸਾਰੇ ਇਹ ਵਾਲੇ ਬੈਗ ਫਿਰ ਅੱਗੇ ਜਾ ਕੇ ਬੈਲਟ 'ਤੇ ਮਿਲਣਗੇ ਇਹਨਾਂ ਦੇ ਪੈਸੇ ਵੱਧ ਦੇਣੇ ਪੈਂਦੇ ਹੁੰਦੇ ਆ ਜਿਹੜੇ ਬੈਲਟ 'ਤੇ ਜਾਂਦੇ ਹੁੰਦੇ ਆ ਅਤੇ ਜਿਹੜੇ ਉੱਥੇ ਰਾਈਟ ਵੇ ਉਹਨਾਂ ਨੇ ਲੈ ਲੈਣੇ ਹੁੰਦੇ ਆ ਪਲੇਨ ਤੋਂ ਉੱਤਰ ਕੇ ਫੜਾ ਦਿੰਦੇ ਆਪਾਂ ਛੋਟੇ ਬੈਗ ਉਹਦੇ ਪੈਸੇ ਘੱਟ ਹੁੰਦੇ ਆ ਬੈਗ ਸਾਰੇ ਦੇ ਉੱਤੇ ਲਾਹ ਅਨਲੋਡਿੰਗ ਆਪਣੀ ਹੋ ਗਈ ਸੋ ਹੁਣ ਆਪਾਂ ਬਾਹਰ ਨਿਕਲ ਕੇ ਦੇਖਦੇ ਕੋਈ ਕੰਮ ਕਰਨ ਵਾਲਾ ਹੈਗਾ ਤਾਂ ਉਹ ਸਾਹਮਣੇ ਟਰੱਕ ਹੈਗਾ ਕੇਟਰਿੰਗ ਵਾਲਾ ਇਹਦੇ ਵਿੱਚ ਖਾਣ ਪੀਣ ਵਾਲਾ ਸਮਾਨ ਸੈਟਅਪ ਕਰਨਾ ਆਹ ਹੈਗਾ ਜੀ ਪੀ ਯੂ ਤੁਸੀਂ ਪਹਿਲਾਂ ਵਾਲੀਆਂ ਵੀਡੀਓ ਦੇ ਵਿੱਚ ਦੇਖਿਆ ਹੋਣਾ ਵੀ ਆਪਾਂ ਕੋਈ ਵੀ ਪਲੇਨ ਆਉਂਦਾ ਨਾ ਉਹਦੇ ਆਉਣ ਸਾਰ ਸਭ ਤੋਂ ਪਹਿਲਾਂ ਜੀ ਪੀ ਯੂ ਲਾਈਦਾ ਬਟ ਇਹਦੇ ਆਪਾਂ ਬਾਅਦ 'ਚ ਲਾਈਦਾ ਅਤੇ ਇਹਦੇ ਲੱਗਦਾ ਵੀ ਬੈਕ ਸਾਈਡ 'ਤੇ ਆ ਬਾਕੀ ਪਲੇਨਾਂ 'ਤੇ ਤੁਸੀਂ ਦੇਖਿਆ ਸਾਰਿਆਂ ਦੇ ਮੂਹਰੇ ਲੱਗਦਾ ਸੋ ਇਹਦੇ ਇੱਥੇ ਪਿੱਛੇ ਲੱਗਦਾ ਇਹਨੂੰ ਲਾਉਣ ਦਾ ਪ੍ਰੋਸੀਜਰ ਵੀ ਹੋਰ ਆ ਉਹ ਤੁਸੀਂ ਦੇਖਿਓ ਐਂਡ 'ਤੇ ਜਦੋਂ ਆਪਾਂ ਡਿਪਾਰਚਰ ਕੀਤਾ ਜੀ ਪੀ ਯੂ ਲਾ ਕੇ ਔਨ ਕਰਤਾ ਆਲ ਸੈਟਸ ਆਹ ਬਾਈ ਹੈਗਾ ਤੇਲ ਪਾਉਣ ਵਾਲਾ ਟਰੱਕ ਦੇਖ ਕੇ ਪਤਾ ਲੱਗ ਗਿਆ ਹੋਣਾ ਤੁਹਾਨੂੰ ਇਹਨੇ ਭਰਤਾ ਤੇਲ ਸੋ ਹੁਣ ਇਹ ਅੰਦਰ ਗਿਆ ਪਾਇਲਟ ਨੂੰ ਪਰਚੀ ਫਡਾਉਣ ਵੀ ਦੱਸਿਆ ਭਾਈ ਇਹ 'ਚ ਇੰਨਾ ਤੇਲ ਪਾਇਆ ਸੋ ਉਹ ਆਪਦੀ ਫਿਰ ਵੇਟ ਐਂਡ ਬੈਲੈਂਸ ਦੀ ਸੈਟਿੰਗ ਸਾਰੀ ਉਸ ਹਿਸਾਬ ਨਾਲ ਕਰ ਲੂ ਆ ਗਿਆ ਪਰਚੀ ਫੜਾ ਕੇ ਸਾਹਮਣੇ ਜਿਹੜੀ ਤੁਸੀਂ ਵੈਨ ਦੇਖ ਰਹੇ ਹੋ ਖੜੀ ਡਾਰਕ ਬਲੂ ਡੀ ਐੱਫ ਐੱਮ ਇਹ ਹੈਗਾ ਕਲੀਨ ਅੱਪ ਵਾਲੇ ਅਤੇ ਉਹ ਸਾਰੀਆਂ ਪੈਸੰਜਰ ਉੱਤਰ ਜਾਂਦੇ ਆ ਸਾਰਾ ਕੁਛ ਹੋ ਜਾਂਦਾ ਫਿਰ ਇਹ ਕਲੀਨ ਅੱਪ ਵਾਲੇ ਅੰਦਰ ਉਹ ਸਾਰਾ ਕਲੀਨ ਕਰਕੇ ਆਉਂਦੇ ਆ ਇਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ ਕਲੀਨ ਅੱਪ ਕਰਨੀ ਗੁੱਡੀ ਕਹਿੰਦੀ ਓਕੇ ਬਾਈ ਹੋ ਗਈ ਕਲੀਨ ਅੱਪ ਡਨ ਆ ਸਾਰਾ ਕਲੀਨ ਅੱਪ ਵਾਲੇ ਡਨ ਕਰਕੇ ਇਹਨੂੰ ਬੰਦ ਕਰਨ ਲੱਗਿਆ ਸੀ ਮੈਂ ਭਾਊ ਨੂੰ ਕਿਹਾ ਮੈਂ ਕਿਹਾ ਬਾਈ ਆ ਹਲੇ ਅੰਦਰ ਮੈਂ ਗੇੜਾ ਕੱਢ ਕੇ ਆਉਣਾ ਕੋਈ ਨਹੀਂ ਇੱਥੇ ਆ ਤੂੰ ਰਹਿਣ ਦੇ ਬੰਦ ਕਰਨ ਸੋ ਆਓ ਚਲੋ ਅੰਦਰ ਦਿਖਾਉਂਦੇ ਆ ਤੁਹਾਨੂੰ ਸੋ ਸਾਹਮਣੇ ਇੱਧਰਲੇ ਪਾਸੇ ਆ ਗਿਆ ਪਾਇਲਟ ਜਿੱਧਰ ਬਹਿੰਦੇ ਆ ਚਲਾਉਣ ਵਾਲੇ ਦੇਖੋ ਕਿੰਨੀਆਂ ਗੇਜਾਂ ਗੱਪੇ ਸੁੱਚਾਂ ਸਾਪਟੇ ਆ ਸਾਲਾ ਕੋਈ ਹਿਸਾਬ ਕਿਤਾਬ ਵੀ ਨਹੀਂ ਐਵੇਂ ਇੱਕ ਅੱਧੀ ਪੁੱਠੀ ਨੱਪੀ ਗਈ ਜਹਿ ਜਾਂਦੀ ਹੋਜੂਗੀ ਸੋ ਇੱਥੇ ਪਾਇਲਟ ਬਹਿੰਦੇ ਆ ਆਹ ਮਗਰ ਆ ਗਈਆਂ ਸੀਟਾਂ ਦੇਖ ਲਓ ਥੋੜ੍ਹੀਆਂ ਹੀ ਆ ਤਕਰੀਬਨ ਬਸ ਤੀਹ ਪੈਂਤੀ ਹੱਦ ਚਾਲੀ ਕੁ ਹੋਣਗੀਆਂ ਬਸ ਐਡਾ ਛੋਟਾ ਜਹਾਜ਼ ਹੀ ਹੈ ਸੋ ਇੱਧਰਲੇ ਸੱਜੇ ਹੱਥ ਆ ਗਏ ਟੋਇਲਟ ਵਾਸ਼ਰੂਮ ਆ ਗਿਆ ਸੋ ਉਦੋਂ ਬਾਅਦ ਆਹ ਪਾਇਲਟ ਆ ਗਏ ਨਵੇਂ ਸੋ ਨਾਲ ਦੀ ਨਾਲ ਆਪਾਂ ਨੂੰ ਰਿਕੁਐਸਟ ਆਈ ਵੀ ਭਾਈ ਦੋ ਵੀਲ ਚੇਅਰ ਵਾਲੇ ਬੰਦੇ ਆ ਰੈਂਪ ਸੈਟਅਪ ਕਰਨਾ ਕਿਉਂਕਿ ਉਹਨਾਂ ਤੋਂ
ਪੌੜੀਆਂ ਨਹੀਂ ਚੜ੍ਹ ਹੁੰਦੀਆਂ, ਪਿਛਲੀ ਵੀਡੀਓ ਵਿੱਚ ਵੀ ਤੁਸੀਂ ਦੇਖਿਆ ਹੈ ਨਾ। ਸੋ ਇਹਦਾ ਰੈਂਪ ਸੈਟਅਪ ਕਰਨ ਲਈ ਇਹਦੀਆਂ ਪਹਿਲਾਂ ਪੌੜੀਆਂ ਅੰਦਰ ਕਰਨੀਆਂ ਪੈਂਦੀਆਂ। ਆਹ ਆ ਗਿਆ ਪਾਇਲਟ ਬਾਹਰ ਪ੍ਰੀ ਟ੍ਰਿਪ ਕਰ ਰਿਹਾ। ਸੋ ਆਪਾਂ ਕੀਤੀ ਬੈਲਟ ਮਾਰਸ਼ਲ, ਉਹ ਸਾਹਿਬ ਕਹਿੰਦੇ ਬੈਗ ਵਿੱਚ ਆਉਂਦਾ ਪਿਆ, ਇਹਨੂੰ ਚੱਕ ਕੇ ਸਾਈਡ 'ਤੇ ਕਰ, ਨਾਲੇ ਇੱਕ ਹਕੂਨ ਡਿੱਕਾ ਲਾਊ ਇਹਨੂੰ ਕਰ ਪਾਸੇ। ਲੈ ਬਈ ਆਉਣ ਦੇ ਬੱਲਿਆ। ਰੈਂਪ ਲੱਗ ਗਿਆ ਪਾਇਲਟ ਦਾ ਆਪਦੇ ਇੱਛਾ ਦਾ ਰਹੀ ਆ ਫ੍ਰੀ ਟ੍ਰਿਪ। ਫਰ ਘੁਮਾ ਕੇ ਦੇਖਦਾ ਪਿਆ ਕਿਤੇ ਰਾਹ 'ਚ ਹੋਰ ਕਹਿੰਦਾ ਰੋਕੀ ਨਾ ਜਾਣ। ਰੈਂਪ ਲਾਉਣ ਤੋਂ ਬਾਅਦ ਵਾਰੀ ਆ ਗਈ ਜੀ ਟੋ ਬਾਰ ਦੀ। ਸੋ ਟੋ ਬਾਰ ਕਨੈਕਟ ਕਰਨੀ ਆ ਆਪਾਂ, ਜਿਹਦੇ ਨਾਲ ਪੁਸ਼ ਕਰਨਾ ਇਹ। ਇਹ ਟੋ ਬਾਰ ਵੀ ਹੋਰ ਹਿਸਾਬ ਦੀ ਆ, ਬਾਈਪਾਸ ਪੈਨ ਵੀ ਹੋਰ ਟਾਈਪ ਦੀ ਆ ਥੋੜ੍ਹੀ ਜਿਹੀ। ਇਹ ਮੇਕ ਸ਼ੋਰ ਕਰਨਾ ਪੈਂਦਾ ਵੀ ਚੰਗੀ ਤਰ੍ਹਾਂ ਇਹਦੇ ਲੋਕ ਲੁਕ ਲੱਗ ਗਿਆ, ਨਹੀਂ ਹਾਦਸਾ ਵੀ ਹੋ ਸਕਦਾ ਕੋਈ ਨਾ ਕੋਈ, ਹੋਏ ਵੀ ਅੱਗੇ ਬਹੁਤ ਵਾਰੀ। ਸੋ ਇਹ ਚੀਜ਼ ਬਹੁਤ ਧਿਆਨ ਨਾਲ ਲਾਉਣੀ ਪੈਂਦੀ ਆ। ਟੋ ਬਾਰ ਲਾਉਣ ਤੋਂ ਬਾਅਦ ਕੀਤੇ ਹੈੱਡਸੈੱਟ ਕਨੈਕਟ। ਆ ਕੁੰਡੀ ਜੀ ਫਸਾ ਦੇਣੀ ਹੈ ਇਹ 'ਚ ਤਾਂ ਕਿ ਕਈ ਵਾਰੀ ਖਿੱਚ ਖੁੱਚ ਕੇ ਨਾ ਉਦੋਂ ਪੱਟ ਨਾ ਹੋ ਜਾਣ ਉਹ। ਬੈਗ ਵੀ ਆ ਗਏ ਸਾਰੇ, 8-9 ਬੈਗ ਸੀਗੇ, ਥੋੜ੍ਹੀ ਪਸੈਂਜਰ ਸੀ। ਆ ਮਗਰ ਸਟਿੱਕ ਲਾਉਣੀ ਬਹੁਤ ਜ਼ਰੂਰੀ ਹੁੰਦੀ ਹੈ, ਕਈ ਵਾਰੀ ਇੱਦਾਂ ਨਾ ਸਾਰਾ ਵੇਟ ਮਗਰ ਆ ਜਾਏ ਤਾਂ ਜਹਾਜ਼ ਮੂਹਰੋਂ ਉੱਠ ਜਾਂਦਾ। ਸੋ ਇਹ ਸਟਿੱਕ ਫਿਰ ਬਚਾ ਲੈਂਦੀ ਆ ਉਹਨੂੰ। ਡੋਲੀ ਹੋ ਗਈ ਖਾਲੀ, ਬੈਗ ਕਰਤੇ ਮੁੰਡਿਆਂ ਨੇ ਲੋਡ। ਸੋ ਇਹਨੂੰ ਆਪਾਂ ਖਿੱਚ ਕੇ ਹੁਣ ਸਾਈਡ 'ਤੇ ਲਾਇਆ ਜੀ। ਕੋਈ ਜੌਂਗਾ ਲਾਇਆ ਪਾਸੇ, ਹੈਂਡ ਬ੍ਰੇਕ ਖਿੱਚੀ, ਉਦੋਂ ਬਾਅਦ ਲਾਈਆਂ ਇਹਦੇ ਚਾਕਾਂ। ਸੋ ਆ ਜਿਹੜੀ ਡੋਲੀ ਆ ਨਾ, ਇਹਨੂੰ ਆਪਾਂ ਖੋਲ੍ਹ ਦੇਣਾ ਹੁੰਦਾ, ਕਿਉਂਕਿ ਐਸ ਬਾਰ ਰੂਲ ਜਦੋਂ ਖਾਲੀ ਹੋਵੇ ਤਾਂ ਉਹਨੂੰ ਖੋਲ੍ਹ ਕੇ ਰੱਖਣਾ, ਤਾਂ ਕਿ ਪਤਾ ਲੱਗ ਸਕੇ ਵੀ ਕਿਹੜੀ ਵਿਹਲੀ ਪਈ ਆ ਕਿਹੜੀ ਵਰਤੋਂ ਜਾਂ। ਉਸਤਾਦ ਨੇ ਪੇਪਰ ਵਰਕ ਵੀ ਡਨ ਕੀਤਾ, ਉਹ ਸਾਰਾ ਨੋਟ ਕਰਨਾ ਹੁੰਦਾ ਵੀ ਕਿੰਨੇ ਬੈਗ ਪਾਏ ਆ, ਕਿਹੜੇ ਕਿਹੜੇ ਪਾਸੇ ਪਾਏ ਆ, ਕਿਹੜੇ ਕਿਹੜੇ। ਬਾਅਦ 'ਚ ਲੋਡ ਕੰਟਰੋਲ ਨੂੰ ਦੱਸਣਾ ਹੁੰਦਾ ਫੋਨ ਲਾ ਕੇ। ਬੋਰਡਿੰਗ ਵੀ ਸ਼ੁਰੂ ਹੋ ਗਈ, ਸੰਜਰ ਲੱਗ ਗਿਆ ਹੁਣ। ਆਹ ਜਿਹੜੇ ਉਹਨਾਂ ਦੇ ਬੈਗ ਆਪਾਂ ਪਹਿਲਾਂ ਲਾਏ ਸੀਗੇ ਹੈ ਨਾ, ਆਹ ਨਾਲ ਲੈ ਕੇ ਆਉਂਦੇ ਹੁੰਦੇ ਸੀ, ਘੱਟ ਪੈਸੇ ਦੇਣੇ ਪੈਂਦੇ ਆ, ਆਹ ਉਹ ਬੈਗ ਆ ਗਏ। ਸੋ ਇਹਨਾਂ ਨੇ ਇੱਥੇ ਰੱਖ ਦੇਣੇ ਆ, ਇਹ ਆਪਾਂ ਹੁਣ ਖਿੱਚ ਕੇ ਉਹਦੇ ਕੋਲ ਲੈ ਜਾਣੀ ਆ। ਸੋ ਇਹ ਬੈਗ ਪਹਿਲਾਂ ਲਾ ਦੇਣੇ।
ਬੀਬੀ ਕਹਿੰਦੀ ਵੀ ਬਸ ਆਹੀ ਆ, ਇਸ ਤੋਂ ਬਾਅਦ ਦੋ ਵੀਲਚੇਅਰਾਂ ਵਾਲੀ ਆ, ਉਹਨਾਂ ਕੋਲ ਬੈਗ ਹੈ ਨਹੀਂ, ਕਹਿੰਦੀ ਤੁਸੀਂ ਕਰ ਦਿਓ ਲੋਡ। ਉਹ ਵੀ ਲਾਇਆ ਜੌਂਗੇ ਨੂੰ ਧੱਕਾ, ਲੈ ਕੇ ਖਿੱਚ ਕੇ ਬੈਲਟ 'ਤੇ, ਇਹ ਵੀ ਚਾੜ ਦੇਣੇ ਆ ਹੁਣ ਇੱਕ ਇੱਕ ਕਰਕੇ। ਆ ਗਏ ਜੀ ਵੀਲਚੇਅਰ 'ਤੇ ਉਹ ਬਜ਼ੁਰਗ ਬੰਦੇ ਜਿਨ੍ਹਾਂ ਲਈ ਆਪਾਂ ਰੈਂਪ ਲਾਇਆ ਸੀਗਾ। ਉਹ ਇਹ ਇਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ ਪੈਸੰਜਰਾਂ ਦੀ, ਸਾਰੀ ਏਅਰਲਾਈਨ ਵਾਲਿਆਂ ਦੀ, ਛੱਡ ਕੇ ਆਉਣੇ, ਚੜ੍ਹਾਉਣੇ, ਲਾਉਣੇ, ਇਹਨਾਂ ਨਾਲ ਆਪਣਾ ਕੋਈ ਲੱਲਾ ਹੱਖ ਨਹੀਂ ਹੈਗਾ। ਅਤੇ ਮਾਤਾ ਦਾ ਵਾਕਰ ਲੈ ਜਾਣਾ ਆਪਾਂ ਫੜ ਕੇ, ਇਹ ਪਾ ਦੇਣਾ ਮੂਹਰੇ ਜਮ੍ਹਾਂ ਸਭ ਤੋਂ। ਉਹ ਗਿਆ ਅੱਗੇ ਜਿੱਥੇ ਜਾ ਕੇ ਰੁਕੂ, ਫਿਰ ਇਹ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਬਾਕਰ ਕੱਢ ਕੇ ਫੜਾਉਣਾ ਮਾਤਾ ਨੂੰ। ਇਹਦੇ ਨਾਲ ਹੀ ਸਾਰਾ ਕੰਮ ਡਨ ਹੋ ਗਿਆ, ਪੈਸੰਜਰ ਸਾਰੇ ਆ ਗਏ, ਲੋਡਿੰਗ ਹੋਈ ਡਨ। ਮਿਸਟਰ ਜੋਗਾ ਸਿੰਘ ਨੇ ਕੀਤੀ ਨੈਟਿੰਗ ਬੰਦ, ਆਪਾਂ ਕੀਤੀ ਬੈਲਟ ਥੱਲੇ, ਰੇਲਿੰਗ ਸਿੱਟੀ। ਇਸ ਤੋਂ ਬਾਅਦ ਆਪਾਂ ਬੰਦ ਕਰ ਦੇਣਾ ਡੋਰ। ਸੋ ਆਪਾਂ ਸਟਿੱਕ ਚੈੱਕ ਕਰਨੀ ਵੀ ਬਾਈ ਥੱਲੇ ਤਾਂ ਨਹੀਂ ਲੱਗੀ, ਇਹ ਤੋਂ ਪਤਾ ਲੱਗ ਜਾਂਦਾ ਵੀ ਮਗਰ ਵਾਲਾ ਵੇਟ ਤਾਂ ਨਹੀਂ ਹੈਗਾ, ਜੇ ਹੋਵੇ ਤਾਂ ਆਪਾਂ ਸੈੱਟ ਕਰ ਦੇਈਦਾ। ਇਸ ਤੋਂ ਬਾਅਦ ਆਪਾਂ ਬਸ ਆ ਮਗਰ ਲਈ ਪਿੱਟ ਲੌਕ ਕਰ ਦੇਣੀ ਆ। ਪਿੱਟ ਬੰਦ ਕਰਕੇ ਹੁਣ ਆਪਾਂ ਰਿੰਪ ਚੱਕ ਦੇਣਾ ਗਾ, ਇਹਦਾ ਕੰਮ ਹੀ ਨਿਬੜ ਗਿਆ। ਰੈਂਪ ਨੂੰ ਟਿਕਾਣੇ ਲਾਉਣ ਤੋਂ ਬਾਅਦ ਆਪਾਂ ਕੋਨਾ ਚੱਕ ਦੇਣੀਆਂ ਸਾਰੀਆਂ। ਕਰੂ ਚੀਫ ਹੁਣ ਵਾਕ ਅਰਾਊਂਡ ਕਰਕੇ ਦੇਖਦਾ ਪਿਆ ਵੀ ਕਈ ਵਾਰੀ ਕੋਈ ਡੈਂਡ ਉੱਡ ਨਾ ਪੈ ਗਿਆ ਹੋਵੇ, ਕੋਈ ਇਕਿਪਮੈਂਟ ਵਗੈਰਾ ਵੱਜ ਗਏ, ਉਹਨੇ ਮੇਕ ਸ਼ੋਰ ਕਰਨਾ ਹੁੰਦਾ ਤੋਰਨ ਤੋਂ ਪਹਿਲਾਂ ਸਾਰਾ ਕੁਛ। ਇੱਥੇ ਖੜ੍ਹ ਕੇ ਆਪਾਂ ਉਹਨਾਂ ਦੀ ਵੇਟ ਕਰਨੀ ਆ, ਡੋਰ ਬੰਦ ਹੋਣ ਦੀ, ਉਹਨੇ ਦਿੱਤਾ ਸਿਗਨਲ, ਡੋਰ ਕਹਿੰਦੀ ਬੰਦ ਆ। ਸੋ ਹੁਣ ਆਪਾਂ ਕੱਢ ਦੇਣੀ ਚਾਕਾਂ, ਕਰੂ ਚੀਫ ਕਹਿੰਦਾ ਮੈਂ ਆਲਰੇਡੀ ਪੁੱਛ ਲਿਆ, ਚਾਕਾਂ ਕੱਢ ਦਿਓ। ਚਾਕਾਂ ਕੱਢਣ ਤੋਂ ਬਾਅਦ ਆਲ ਸੈੱਟ, ਹੁਣ ਆਪਾਂ ਕਰਨੀ ਆ ਪਲੇਨ ਟੋਕ। ਸੋ ਇਹ ਦੱਸੂਗਾ ਵੀ ਕਿਹੜਾ ਬੰਦੇ ਨੇ ਸਟੈਂਡ ਬਾਈ ਕਰਨਾ, ਕਿਹੜੇ ਨੇ ਕੀ ਕਰਨਾ, ਸਾਰਾ ਕੁਛ ਕਿੰਨਾ ਲੋਡ ਆ ਕੀ, ਸਾਰਾ ਕੁਛ ਕਿੱਧਰ ਨੂੰ ਚੱਲਿਆ। ਸੋ ਹਜੇ ਉਹ ਪਿੱਛੇ ਇੱਕ ਪਲੇਨ ਖੜ੍ਹਾ ਅਤੇ ਇੱਕ ਗੱਡੀ ਖੜ੍ਹੀ, ਆਪਾਂ ਕਰੋਸ ਦਾ ਸਿਗਨਲ ਦੇ ਹੀ ਰੱਖਣਾ ਆਪਣੇ ਗੁਰੂ ਜੀ ਹੁਣ, ਜਿੰਨਾ ਟਾਈਮ ਰਾਹ ਕਲੀਅਰ ਨਹੀਂ ਹੁੰਦਾ ਗਾ ਕਰੋਸ ਬਣਾਈ ਰੱਖਣਾ ਆਪਾਂ ਉਹਨਾਂ ਟਾਈਮ। ਸੋ ਇਹਦਾ ਪ੍ਰੋਸੀਜਰ ਇਹ ਆ ਵੀ ਪਹਿਲਾਂ ਇੱਧਰਲੇ ਪਾਸੇ ਵਾਲਾ
ਟਰਬਾਈਨ ਚਲਾਉਣਗੇ। ਸੋ ਉਨਾ ਟਾਈਮ ਆਪਾਂ ਕ੍ਰੋਸ ਦਾ ਸਾਈਨ ਦੇ ਹੀ ਰੱਖਣਾ ਜਿੰਨਾ ਟਾਈਮ ਉਹ ਜੀ ਪੀ ਯੂ ਪੱਟ ਕੇ ਪਾਸੇ ਨਹੀਂ ਕਰ ਲੈਂਦਾ ਅਤੇ ਆਹ ਵਾਲਾ ਪਲੇਨ ਨਹੀਂ ਪਾਸੇ ਹੋ ਜਾਂਦਾ, ਕਿਉਂਕਿ ਹੁਣ ਕਰੂ ਚੀਫ ਨੂੰ ਥੋੜ੍ਹੀ ਦੀਂਦਾ, ਉਹਨੂੰ ਆਪਣੇ ਸਾਈਨ ਤੋਂ ਹੀ ਪਤਾ ਲੱਗੂਗਾ ਵੀ ਕਦੋਂ ਪੁਸ਼ ਕਰਨਾ ਕਦੋਂ ਨਹੀਂ। ਜਿੰਨਾ ਟਾਈਮ ਉਹ ਸਾਰਾ ਕਲੀਅਰ ਨਹੀਂ ਹੋ ਜਾਂਦਾ ਆਪਾਂ ਐਂ ਕ੍ਰੋਸ ਦੇ ਹੀ ਰੱਖਣਾ। ਜਿਵੇਂ ਹੀ ਰਾਹ ਕਲੀਅਰ ਹੁੰਦਾ ਨਾਲ ਦੀ ਨਾਲ ਆਪਾਂ ਸਾਈਨ ਦੇ ਦੇਣਾ ਔਲ ਕਲੀਅਰ, ਭਾਈ ਕਰਦੇ ਪੁਸ਼ ਗੁੱਡ ਟੂ ਗੋ। ਕਰੂ ਚੀਫ ਦੇ ਸਿਗਨਲ ਤੋਂ ਬਾਅਦ ਆਪਾਂ ਸਟੈਂਡ ਬਾਏ ਕਰ ਦੇਣਾ। ਸੋ ਮਿਸਟਰ ਜੋਗਾ ਜੀ ਕਰ ਰਹੇ ਨੇ ਟੋ ਬਾਰ ਡਿਸਕਨੈਕਟ ਕਰਤੀ, ਬਾਈਪਾਸ ਪਿੰਨ ਕੱਢ ਲਈ। ਸੋ ਹੈੱਡਸੈੱਟ ਵੀ ਲਾ ਲਏ ਮਿਸਟਰ ਜੋਗਾ ਸਿੰਘ ਨੇ, ਬਾਈਪਾਸ ਪਿੰਨ ਦਿਖਾਤੀ, ਆਪਾਂ ਵੀ ਕਰਤਾ ਜਹਾਜ਼ ਨੂੰ ਟਾਟਾ ਬਾਏ ਬਾਏ। ਸੋ ਲਓ ਜੀ ਲੱਗਿਆ ਕੈਮ ਲੁੱਕ ਨੂੰ ਰਵਾਨਾ ਹੋ ਗਿਆ। ਜੋਗਾ ਸਿੰਘ ਕਹਿੰਦੇ ਅਗਲੀ ਫਲਾਈਟ ਆਪਣੀ ਘੰਟੇ ਨੂੰ ਆਉਣੀ ਆ, ਸੋ ਆਪਣੇ ਕੋਲ ਤਕਰੀਬਨ ਘੰਟੇ ਦਾ ਟਾਈਮ ਹੈਗਾ। ਸੋ ਅੰਦਰ ਚੱਲਦੇ ਹਾਂ ਆਪਾਂ ਔਫਿਸ 'ਚ, ਕੌਫੀ ਕੂਫੀ ਪੀਂਦੇ ਹਾਂ, ਦਿੰਦੇ ਹਾਂ ਅੰਦਰ ਗੇੜਾ, ਦੇਖਦੇ ਹਾਂ ਕੀ ਮਾਹੌਲ ਆ। ਤੁਰਨ ਲੱਗਿਆਂ ਨੇ ਦੇਖਿਆ ਵੀ ਆਪਣਾ ਜਹਾਜ਼ ਤਾਂ ਹਜੇ ਗਿਆ ਹੀ ਨਹੀਂ, ਆਪਾਂ ਖੜ ਕੇ ਵੇਟ ਕਰ ਲਾਂਗੇ, ਕਿਉਂਕਿ ਬਹੁਤ ਵਾਰੀ ਇੱਦਾਂ ਵੀ ਹੋ ਜਾਂਦਾ ਕੋਈ ਪ੍ਰੋਬਲਮ ਆ ਗਈ ਜਾਂ ਕੋਈ ਕੁਛ ਵੀ, ਜੋ ਕੁਛ ਆਪਾਂ ਲੋਡ ਕੀਤਾ ਦੁਬਾਰੇ ਵੀ ਲਾਉਣਾ ਪੈ ਸਕਦਾ। ਪਰ ਨਹੀਂ, ਇਹਨੇ ਔਫਿਸ ਨੂੰ ਰਿਡਿਊ ਕਰਕੇ ਪੁੱਛਿਆ। ਅਤੇ ਧੰਨਵਾਦ ਜੋਗਾ ਸਿੰਘ ਦਾ ਜੀ, ਸਾਡਾ ਕੈਮਰੇ ਦਾ ਬੋਕਸ ਭੁੱਲ ਗਏ ਸੀ ਅਸੀਂ ਇੱਥੇ, ਜਿਨ੍ਹਾਂ ਨੇ ਫੜਾਇਆ ਹਜੇ ਪਹਿਲਾਂ 2 ਦਿਨ ਪਹਿਲਾਂ ਅਮਰੀਕਾ ਘੁੰਮ ਕੇ ਆਇਆ ਕੈਮਰੇ ਦਾ ਡੱਬਾ, ਪਿਛਲੀ ਫਲਾਈਟ 'ਚ ਭੁੱਲ ਗਿਆ ਸੀ ਮੈਂ। ਕੋਚ ਸਾਹਿਬ ਸਕੈਜੂਲ ਕਰਿਓ ਮਾੜਾ ਜਿਹਾ ਉੱਪਰ ਨੀਚੇ, ਹੁਣ ਪਤਾ ਨਹੀਂ ਇਹਦਾ, ਹੁਣ ਦੱਸਿਓ ਅਗਲੀ ਫਲਾਈਟ ਬਾਰੇ ਕੀ ਹਿਸਾਬ ਕਿਤਾਬ ਜੇ ਸਿੰਘਾਂ ਦਾ। ਪਰਵਿੰਦਰ ਵਾਲਾ ਜੀ ਔਫਿਸ 'ਚ ਆ ਕੇ ਆਪਾਂ ਡਬਲ ਚੈੱਕ ਕੀਤਾ, ਕਈ ਵਾਰੀ ਇੱਦਾਂ ਹੁੰਦਾ ਫਲਾਈਟ ਚੇਂਜ ਵੀ ਹੋ ਜਾਂਦੀ ਹੁੰਦੀ ਆ, ਪਰ ਨਹੀਂ ਆਪਣੀ ਉਹੀ ਸੀਗੀ। ਸੋ ਆਪਾਂ ਕੀਤੀ ਚੈੱਕ, ਤਾਂ ਉਸ ਤੋਂ ਬਾਅਦ ਕੀਤੀ ਟਰੈਕ ਫਲਾਈਟ ਅਡਾ 24, ਇਹ ਐਪ ਆ, ਇਹ 'ਤੇ ਤੁਸੀਂ ਵੀ ਦੇਖ ਸਕਦੇ ਹੋ ਕੋਈ ਵੀ ਸਾਰੇ ਆਲ ਵਰਲਡ ਦਾ ਜਹਾਜ਼ ਕੋਈ ਵੀ ਕਿਹੜਾ ਕਿੱਥੇ ਆ ਰਿਹਾ। ਸੋ ਆਪਣੇ ਕੋਲ ਹਜੇ ਪਏ ਸੀਗੇ ਤਕਰੀਬਨ 50 ਕੁ ਮਿੰਟ ਪਏ ਆ, ਸੋ 50 ਮਿੰਟਾਂ ਤੱਕ ਆਉਣਾ, ਉਨ੍ਹਾਂ ਟਾਈਮ ਆਪਾਂ ਉੱਪਰ ਜਾ ਕੇ ਕੌਫੀ ਕੂਫੀ ਪੀ ਕੇ ਆਉਣੇ ਆ।
ਜਾਂਦੇ ਜਾਂਦਿਆਂ ਨੇ ਆਪਾਂ ਕੌਫੀ ਔਡਰ ਕਰਤੀ, ਕਿਉਂਕਿ ਏਅਰਪੋਰਟ ਕਰਕੇ ਬਿਜ਼ੀ ਬਹੁਤ ਹੁੰਦਾ, ਲਾਈਨ ਅਪ ਬਹੁਤ ਲੱਗਿਆ ਹੁੰਦਾ, ਸੋ ਆਪਾਂ ਪਹਿਲਾਂ ਹੀ ਔਨਲਾਈਨ ਪਿਕਅਪ ਔਡਰ ਕਰ ਦੇਣਾ ਆਪਣੇ ਜਾਂਦਿਆਂ ਨੂੰ ਬਣ ਜੂਗੀ। ਜਾਂਦੇ ਜਾਂਦੇ ਮੈਂ ਕਿਹਾ ਬਾਲ ਬੂਲ ਸੈੱਟ ਕਰ ਜਾਈਏ, ਬਾਲ ਬੂਲ ਕੀਤੇ ਸੈੱਟ, ਓਕੇ ਆ ਕੰਮ, ਲਾਈਆਂ ਕਾਲੀਆਂ ਐਨਕਾਂ, ਇਹ ਉੱਪਰ ਉਹ ਏਰੀਆ ਆ ਗਿਆ ਜਿੱਥੇ ਤੁਸੀਂ ਸਕਿਉਰਿਟੀ ਚੈੱਕ ਕਰਨ ਤੋਂ ਬਾਅਦ ਆਉਣੇ ਹੁੰਦੇ ਆ, ਗੇਟ ਤੋਂ ਨਹੀਂ ਜਹਾਜ਼ਾਂ ਦੇ ਚੜ੍ਹਦੇ ਹੁੰਦੇ, ਉਹ ਏਰੀਆ ਆ ਗਿਆ। ਇੱਥੇ ਸਾਰਾ ਕੁਛ ਬਣਿਆ ਹੋਇਆ, ਰੈਸਟੋਰੈਂਟ ਵਗੈਰਾ, ਹੋਰ ਸਾਰੀਆਂ ਸ਼ੋਪਾਂ ਸ਼ੁਪਾਂ, ਜਿਵੇਂ ਮਰਜ਼ੀ ਤੁਸੀਂ ਇੱਥੇ ਉੱਪਰ ਆ ਕੇ ਆਪਦਾ ਖਾ ਪੀ ਸਕਦੇ ਹੋ, ਕੁਛ ਲੈ ਸਕਦੇ ਹੋ। ਜਿਵੇਂ ਅੱਜ ਦਾ ਆਪਣੇ ਕੋਲ ਟਾਈਮ ਥੋੜ੍ਹਾ 40-50 ਮਿੰਟ ਹੀ ਆ, ਕਈ ਵਾਰੀ ਜ਼ਿਆਦਾ ਵੀ ਹੁੰਦਾ, 2-2-3-3 ਘੰਟੇ ਦੀ ਵੀ ਵਿੱਚ ਬ੍ਰੇਕ ਹੁੰਦੀ ਆ, ਸੋ ਆਪਾਂ ਇੱਥੇ ਆ ਕੇ ਸੌਂ ਵੀ ਜਾਈਦਾ, ਸੋਫੇ ਸਾਫੇ ਲੱਗਿਆ, ਕੰਮ ਸੈੱਟ ਆ ਜਾਵਾਂ ਇੱਥੇ। ਸੱਜੇ ਹੱਥ ਘੈਂਟ ਬਣਿਆ ਇੱਕ ਰੈਸਟੋਰੈਂਟ ਜਿਹਾ, ਬੀਅਰ ਬੱਤਾ ਲਾਉਣ ਨੂੰ ਕੰਮ ਤੋਂ ਬਾਅਦ। ਕੌਫੀ ਹੋ ਗਈ ਆਪਣੀ ਰੈਡੀ, ਬੀਬੀ ਨੇ ਮਾਰੀ ਆਵਾਜ਼, ਕੌਫੀ ਚੱਕੀ, ਮੈਂ ਕਿਹਾ ਭਾਈ ਇਹ ਤਾਂ ਗਰਮ ਆ, ਝੱਗਾ ਦੇ ਇਹਦਾ, ਕਹਿੰਦੀ ਲਓ ਜੀ। ਮਿੱਠਾ ਕੀਤਾ ਮਿਕਸ ਚੰਗੀ ਤਰ੍ਹਾਂ, ਇੱਕ ਬਾਈ ਸਾਰੇ ਜਾਣੇ ਜਾ ਕੇ ਨਾ ਯਾਰ ਇੰਸਟਾਗ੍ਰਾਮ 'ਤੇ ਫੋਲੋ ਕਰ ਲਿਓ, ਹੈ ਨਾ, ਜਿਹੜੇ ਬੰਦੇ ਬਹੁਤ ਕਮੈਂਟ ਮੈਸੇਜ ਕਰਦੇ ਵੀ ਬਾਈ ਰੋਜ਼ ਵੀਡੀਓ ਪਾਇਆ ਕਰ, ਇੱਦਾਂ ਇੰਸਟਾਗ੍ਰਾਮ 'ਤੇ ਆਪਾਂ ਬਾਈ ਰੋਜ਼ ਅਪਲੋਡ ਕਰੀਦਾ ਸਟੋਰੀਆਂ ਇੱਥੇ ਆ ਨਿੱਕੀਆਂ ਨਿੱਕੀਆਂ ਬਹੁਤ, ਸੋ ਇੰਸਟਾਗ੍ਰਾਮ 'ਤੇ ਫੋਲੋ ਕਰ ਲਓ, ਮੈਂ ਲਿੰਕ ਪਾ ਦੂੰਗਾ ਥੱਲੇ ਡਿਸਕ੍ਰਿਪਸ਼ਨ 'ਚ, ਅਤੇ ਟਿਕਟੋਕ 'ਤੇ ਵੀ ਜਾ ਕੇ ਜਿਹੜੇ ਜਿੱਥੇ ਜਿੱਥੇ ਚੱਲਦੀ ਆ ਫੋਲੋ ਕਰ ਲਓ। ਇੱਕ ਵਾਰ ਆਪਣੇ 1000 ਫੋਲੋਅਰ ਹੋ ਗਏ ਫਿਰ ਆਪਾਂ ਲਾਈਵ ਹੋਇਆ ਕਰਾਂਗੇ। ਚੱਲੀ ਅੰਦਰ ਆਫਿਸ 'ਚ ਵਾਪਸ, ਉੱਥੇ ਜਾ ਕੇ ਬਹਿੰਦੇ ਹਾਂ ਹੁਣ, ਅਤੇ ਵੇਟ ਕਰਦੇ ਹਾਂ ਫਲਾਈਟ ਦੀ। ਇਹ ਫਲਾਈਟ ਬਸ ਆਪਣੀ ਲਾਸਟ ਫਲਾਈਟ ਆ, ਇਹ ਇਕੱਲੀ ਆਫਲੋਡ ਹੀ ਕਰਨੀ ਆ, ਇਹ ਕਰਕੇ ਅਤੇ ਫਿਰ ਸਿੰਘ ਵਿਹਲੇ। ਓ ਸਟਾਰ ਸਾਹਿਬ ਕੈਮਰੇ 'ਚ ਆ ਗਏ ਤੁਸੀਂ ਹੁਣ ਸਾਰੇ, ਕੈਪਚਰ ਕੈਪਚਰ ਹੋ ਗਏ।
ਉਹ ਜੀ ਕਰੂ ਚੀਫ ਨੇ ਮਾਰ ਲਈ ਆਵਾਜ਼, ਕਹਿੰਦਾ ਫਲਾਈਟ ਆਪਣੀ ਆ ਗਈ ਅਤੇ ਚਲੋ ਚੱਲੀਏ। ਫੋਨ ਪੱਟਿਆ ਚਾਰਜ ਤੋਂ, ਵੈਸਟ ਪਾਈ, ਇਹ ਜ਼ਰੂਰੀ ਹੁੰਦੀ ਆ, ਇਹ ਤਾਂ ਬਸ ਸਮਝ ਲਓ ਵੀ ਵਰਦ ਹੋਈ ਆ, ਇਹ ਤੋਂ ਬਿਨਾਂ ਆਹ ਡੋਰ ਤੋਂ ਬਾਹਰ ਨਾ ਪੈਰ ਵੀ ਨਹੀਂ ਧਰ ਸਕਦੇ ਆਹ ਵੈਸਟ ਤੋਂ ਬਿਨਾਂ ਤਾਂ, ਇੰਨੀ ਜ਼ਰੂਰੀ ਆ। ਜੇ ਕਿਸੇ ਨੇ ਦੇਖ ਲਿਆ ਨਾਲ ਦੀ ਨਾਲ ਚੱਕ ਕੇ ਟਿਕਟ ਦੇ ਦੇਣੀ ਆ। ਮੈਂ ਇਹਨੂੰ ਕਿਹਾ, ਮੈਂ ਕਿਹਾ ਯੋਂਗੇ ਦੇ ਚੱਲਦੇ ਹਾਂ। ਚੱਕ ਕੱਢੀ, ਹੈਂਡ ਬ੍ਰੇਕ ਸਿੱਟੀ, ਸੈਲਫ ਮਾਰੀ, ਸਟਾਰਟ ਹੀ ਨਹੀਂ ਹੋਇਆ। ਇਹ ਲੱਗਦਾ ਖਰਾਬ ਆ, ਚੱਲਦਾ ਨਹੀਂ। ਦੁਬਾਰੇ ਚੌਕ ਲਾਈ, ਦੁਬਾਰੇ ਇੱਕ ਵਾਰੀ ਫਿਰ ਮੱਥਾ ਮਾਰ ਕੇ ਦੇਖਿਆ, ਨਹੀਂ ਬਣੀ ਗੱਲ। ਉਦੋਂ ਨੂੰ ਮਿਸਟਰ ਜੋਗਾ ਬੱਕੀ ਲੈ ਕੇ ਆ ਗਏ, ਮੱਲੀ ਸੀਟ, ਕਰਤਾ ਸਟੇਅਰਿੰਗ ਸਿੱਧਾ ਗੇਟ ਵੱਲ ਨੂੰ, ਖੱਟਾਂ ਪਾਲੀਆਂ, ਲੈ ਬਈ ਜੋਗਾ ਚੌਥਾ ਗੇਅਰ ਅਤੇ ਫੁੱਲ ਰੇਸ। ਪਹੁੰਚ ਗਏ ਆਪਾਂ ਗੇਟ 'ਤੇ, ਗਲਵਸ ਚਾੜੇ, ਚਾਕਾਂ ਚੱਕੀਆਂ, ਸੋ ਗੇਟ ਸੈਟਅਪ ਦੀ ਕਰਤੀ ਤਿਆਰੀ। ਇੱਕ ਵਾਰੀ ਮਾਰੀ ਯੂਨੀਫਾਰਮ ਮੁਹਿੰਮ ਬੇਟ 'ਤੇ ਨਿਗਾਹ, ਡੈਸ਼ 8400 ਆ ਰਿਹਾ ਅਲਫਾ 'ਤੇ, ਆਲਮੋਸਟ ਆ ਗਿਆ। ਆਪਾਂ ਬੋਡਾਂ ਚੱਕੀਆਂ, ਪਲੇਨ ਟੌਕ ਕੀਤੀ, ਉਹ ਸਭ ਕਹਿੰਦਾ ਬੀ ਸੇਫ ਅਤੇ ਸਲੋ ਡਾਊਨ। ਦਿੱਤਾ ਜਹਾਜ਼ ਨੂੰ ਸਿਗਨਲ, ਤਾਂ ਵਾਲੇ ਦਾ ਮਤਲਬ ਆਲ ਕਲੀਅਰ, ਜਿਹੜਾ ਸਾਈਡ ਨੂੰ ਦਿੱਤਾ ਹੋਇਆ ਮਤਲਬ ਵੀ ਇੱਧਰ ਨੂੰ ਜਾਣਾ ਭਾਈ। ਬੋਡਾਂ ਰੱਖੀਆਂ, ਚੌਕਾਂ ਲਾਈਆਂ, ਫਿਰ ਕੀਤਾ GPU ਕਨੈਕਟ ਕਰਕੇ, ਕਰਤਾ ਆਉਣ, ਉਹ ਸਾਹਮਣੇ ਜਿਹਦਾ ਸਿਗਨਲ ਵੀ ਭਾਈ ਲੱਗ ਗਿਆ, ਤੁਸੀਂ ਪੱਖੇ ਬੰਦ ਕਰ ਸਕਦੇ ਹੋ। ਪੱਖੇ ਹੋਏ ਬੰਦ, ਉਹ ਸਾਹਮਣੇ ਦਿੱਤਾ ਸਿਗਨਲ, ਕਹਿੰਦਾ ਚੱਕਾਂ ਲਾ ਦਿਓ। ਚੱਕਾਂ ਲੱਗ ਗਈਆਂ, ਅਗਲਾ ਸਟੈਪ ਕੋਨਾ, ਕੋਨਾ ਰੱਖ ਦੇਣੀ ਆ, ਉਨੇ ਟਾਈਮ 'ਚ ਡੋਰ ਖੋਲ ਦੂ। ਕੋਨਾ ਰੱਖ ਕੇ ਲਾਇਆ ਸਟੈਪ, ਅਤੇ ਬਾਅਦ 'ਚ ਕੀਤੀ ਵਾਕ ਅਰਾਊਂਡ। ਉਸਤਾਦ ਜੀ ਨੇ ਸ਼ੁਰੂ ਆਪਣੀ, ਮੈਨੂੰ ਉਸਤਾਦ ਜੀ ਕਹਿੰਦੇ ਵੀ ਐਂ ਕਰੋ, ਤੂੰ ਮੂਰਲੀ ਪਿੱਟ ਦੇ ਵਿੱਚ ਚੈੱਕ ਕਰ ਲਾ, ਉੱਥੇ ਬੈਗ ਬੂਗ ਹੋਏ ਤੂੰ ਉਹ ਕੱਢ ਦੀ ਵੀ, ਅਸੀਂ ਮਗਰੋਂ ਆਪੇ ਕਰ ਦਾਂਗੇ ਆਫਲੋਡ। ਪੌੜੀਆਂ ਖਿੱਚੀਆਂ, ਮੋਰਲੀ ਪੈਟ 'ਚ ਭਰੇ ਹੋਏ ਸੀਗੇ ਸਾਰੇ ਡੋਰ ਡਿਲੀਵਰੀ ਵਾਲੇ ਬੈਗ, ਉਹ ਛੋਟੇ ਜਿਹੜੇ ਉੱਤਰਦੇ ਸਾਰ ਹੀ ਆਪਾਂ ਪੈਸੰਜਰ ਨੂੰ ਕਢਾਉਣੇ ਹੁੰਦੇ ਆ। ਸੋ ਦੋ ਦੋ ਚਾਰ ਚਾਰ ਕਰਕੇ ਆ ਵੇਟ ਕਰੀ ਜਾਂਦੇ ਸੀ ਬੈਗਾਂ ਦੀ, ਕਰਕੇ ਆਪਾਂ ਫੜਾਏ ਉਹਨਾਂ ਨੂੰ ਸਾਰੇ।
ਨਾਲ ਹੀ ਮੂਹਰੇ ਪਏ ਹੁੰਦੇ ਕਰੂ ਦੇ ਬੈਗ, ਪਾਇਲਟ ਹੋ ਗਿਆ ਜਾਂ ਹੋਰ ਵਿੱਚ ਜਿਹੜੇ ਫਲਾਈਟ ਅਟੈਂਡੈਂਟ ਹੁੰਦੀ ਆ ਉਹਨਾਂ ਦੇ, ਜੇ ਤਾਂ ਉਹਨਾਂ ਨੇ ਹੀ ਵਾਪਸ ਲੈ ਕੇ ਜਾਣਾ ਹੋਵੇ ਫਿਰ ਤਾਂ ਆਪਾਂ ਨਹੀਂ ਕੱਢੀ ਦੇ ਬਾਹਰ, ਬਟ ਹੁਣ ਕਰੂ ਚੇਂਜ ਹੋਣਾ ਸੋ ਉਹਨਾਂ ਦੇ ਬੈਗ ਵੀ ਆਪਾਂ ਕੱਢ ਕੇ ਬਾਹਰ ਰੱਖ ਦਿੰਦੇ ਹਾਂ ਸਾਰੇ। ਬੈਗ ਕੱਢਣ ਤੋਂ ਬਾਅਦ ਪੌੜੀਆਂ ਆਪਾਂ ਪਿੱਛੇ ਖਿੱਚ ਦੇਣੀਆਂ ਅਤੇ ਡੋਰ ਲੌਕ ਕਰ ਦੇਣੀ। ਸੰਜਰਾਂ ਤੋਂ ਬਾਅਦ ਨਾਲ ਹੀ ਆ ਕਲੀਨਅਪ ਵਾਲਾ ਸਟਾਫ ਆ ਗਿਆ, ਇਹਨਾਂ ਨੇ ਸਾਰੀ ਕਲੀਨਅਪ ਕਰ ਦੇਣੀ ਆ। ਆਪਾਂ ਜਾ ਕੇ ਦੇਖਿਆ ਹਜੇ ਬੈਗ ਲਾਈ ਜਾਂਦੇ ਸੀਗੇ, ਸੋ ਮੈਂ ਕਿਹਾ ਹੈਲਪ ਕਰਦੀ ਹੈ। ਉਸਤਾਦ ਨੇ ਮੈਨੂੰ ਫੜਾ ਤਾ ਸਕੈਨਰ, ਕਹਿੰਦਾ ਬਸ ਸਕੈਨ ਕਰੀ ਜਾ, ਫਿਰ ਕੰਮ ਸੈੱਟ ਆ। ਵਿੱਚ ਇੱਕ ਕੁੱਤਾ ਵੀ ਸੀਗਾ, ਹਸਕੀ ਲੱਗਦਾ ਪਿਆ ਸੀਗਾ, ਹਸਕੀ ਦਾ ਬੱਚਾ, ਅੱਖਾਂ ਬਹੁਤ ਸੋਹਣੀਆਂ ਸੀ ਇਹਦੀਆਂ, ਨੀਲੀਆਂ ਨੀਲੀਆਂ ਜੀਆਂ। ਜਿਹੜੇ ਪੈਟ ਹੁੰਦੇ ਆ ਇਹਨਾਂ ਨੂੰ ਆਪਾਂ ਅਲੱਗ ਰੱਖੀਦਾ ਬੈਗਾਂ ਨਾਲੋਂ, ਸੋ ਇਹਨੂੰ ਆਪਾਂ ਇੱਕ ਅਲੱਗ ਡੋਲੀ ਦੇ ਵਿੱਚ ਰੱਖਤਾ, ਬਸ ਡਨ ਆ। ਸੋ ਹੁਣ ਚੱਕਰ ਇਹ ਪੈ ਗਿਆ ਵੀ ਦੋ ਬੈਗ ਜਿਹੜੇ ਡੋਰ ਡਿਲੀਵਰੀ ਵਾਲੇ ਆ ਨਾ ਉਹ ਲੈ ਕੇ ਨਹੀਂ ਗਿਆ, ਕੋਈ ਇੱਥੇ ਭੁੱਲ ਗਿਆ। ਮੈਨੂੰ ਉਹਨੇ ਕਿਹਾ ਵੀ ਸੀਗਾ ਫਲਾਈਟ ਅਟੈਂਡੈਂਟ ਨੇ ਵੀ ਭਾਈ ਬੈਗ ਇੱਥੇ ਰਹਿ ਗਏ, ਵੀ ਤੂੰ ਬੈਗ ਵਾਲੇ ਨੂੰ ਕਹਿ ਦੇ ਬੈਗ ਵਾਲੇ ਨੂੰ ਵੀ ਉਹ ਲੈ ਜੂਗਾ ਚੱਕ ਕੇ। ਮੇਰੇ ਯਾਦ ਨਹੀਂ ਰਿਹਾ ਕੰਮ ਕੰਮ 'ਚ ਮੈਂ ਭੁੱਲ ਗਿਆ, ਸੋ ਹੁਣ ਆਪਾਂ ਨੂੰ ਮਗਰ ਬੈਗ ਰੂਮ 'ਚ ਫੜਾ ਕੇ ਆਉਣੇ ਪੈਣੇ ਆ। ਇਹ ਆਪਣੀ ਹੋ ਗਈ ਸਾਰੀ ਆਫਲੋਡਿੰਗ ਡਨ, ਸੋ ਇਹਨੂੰ ਕਰਦੀ ਆਪਾਂ ਲੌਕ ਹੁਣ ਮਗਰਲੀ ਪੈਟ ਨੂੰ। ਇਹਨੂੰ ਮੂਹਰੋਂ ਆਪਾਂ ਬੰਦ ਕਰ ਦਈਏ, ਮੈਂ ਕਿਹਾ ਧੁੱਪ ਧੁੱਪ ਨਾ ਲੱਗ ਜਾਵੇ ਵਿਚਾਰੇ ਨੂੰ। ਹੁਣ ਆਪਾਂ ਚੱਲਦੇ ਹਾਂ ਮਗਰ ਬੈਗ ਰੂਮ 'ਚ ਜਿੱਥੇ ਬੈਲਟਾਂ ਚੱਲਦੀਆਂ ਹੁੰਦੀਆਂ, ਬੈਗ ਬੂਗ ਜੀ ਜਾਂਦੇ ਹੁੰਦੇ ਬੈਲਟਾਂ ਬੁਲਟਾਂ 'ਤੇ, ਤੁਸੀਂ ਦੇਖਿਆ ਹੋਊਗਾ ਸ਼ਾਇਦ ਵੀਡੀਓ ਦੇ ਵਿੱਚ, ਉੱਥੇ ਚੱਲਦੇ ਹਾਂ ਹੁਣ ਮਗਰ ਜਿੱਥੇ ਬੈਗੇਜ ਵਾਲਾ ਬੈਗ ਲੈ ਜਾਂਦਾ, ਫਿਰ ਉਹ ਗਾਹ ਅੱਗੇ ਪੈਸੰਜਰਾਂ ਨੂੰ ਮਿਲ ਜਾਂਦੇ ਆ ਜਿਹੜੇ ਬੈਲਟਾਂ 'ਤੇ ਘੁੰਮ ਕੇ ਆਉਂਦੇ ਹੁੰਦੇ ਆ। ਆ ਗਿਆ ਜੀ ਅੰਦਰ ਬੈਗ ਰੂਮ। ਇੱਥੇ ਆਪਾਂ ਆਹ ਸਾਈਡ 'ਤੇ ਕੋਰਨਰ ਹੁੰਦਾ, ਇੱਥੇ ਸੁੱਟ ਦਿੰਦੇ ਹਾਂ ਬੈਗ, ਉਹ ਸਾਹਮਣੇ ਬੈਲਟ 'ਤੇ ਜਿਹੜੇ ਬੈਗ ਆਉਂਦੇ ਹੁੰਦੇ ਆ, ਇੱਧਰ ਆ ਸਾਈਡ ਨੂੰ ਉਹ ਕੋਰਨਰ ਹੁੰਦਾ ਵੀ ਜਿਹਦਾ ਕੋਈ ਬੈਗ ਬੂਗ ਰਹਿ ਜਾਂਦਾ ਜਾਂ ਕੋਈ ਹੋਰ ਸਮਾਨ ਆਪਾਂ ਇੱਥੇ ਰੱਖ ਦਈਦਾ। ਚਲੋ ਜੀ ਸ਼ਿਫਟ ਹੋ ਗਈ ਆਪਣੀ ਡਨ, ਚੱਲੀਏ ਘਰੇ। ਆਪਣੇ ਯੂਟਿਊਬ ਚੈਨਲ ਨੂੰ ਜੀ ਸਾਰਿਆਂ ਨੇ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਿਓ, ਸੋ ਕਮੈਂਟ ਕਰਕੇ ਦੱਸਿਓ ਵੀਡੀਓ ਬਾਰੇ ਜਾਂ ਹੋਰ ਕਿੱਦਾਂ ਦੀਆਂ ਵੀਡੀਓ ਚਾਹੀਦੀਆਂ ਤੁਹਾਨੂੰ, ਆਪਾਂ ਟਾਈਮ ਟੂ ਟਾਈਮ ਅਪਡੇਟ ਕਰਦੇ ਰਹਾਂਗੇ। ਸੋ ਥੈਂਕ ਯੂ ਫੋਰ ਵਾਚਿੰਗ।